ਕਿਉਂਕਿ 70 ਸਾਲ ਹੋ ਗਏ ਦੋਨਾਂ ਪਾਰਟੀਆਂ ਨੂੰ ਰਾਜ ਕਰਦਿਆਂ, ਸਾਰਾ ਕੰਮ ਉੱਥੇ ਦਾ ਉੱਥੇ ਹੀ ਖੜਾ। 2 ਸਾਲਾਂ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਨੇ ਜਿਹੜੇ ਕੰਮ ਕੀਤੇ ਉਹਨਾਂ ਨੂੰ ਲੈ ਕੇ ਅਸੀਂ ਲੋਕਾਂ ਦੇ ਵਿੱਚ ਜਾਵਾਂਗੇ, ਜਿਹਦੇ 'ਚ 43,000 ਨੌਕਰੀ। ਸਾਡਾ ਦਾਅਵਾ ਇਹ ਵੀ ਹੈ ਕਿ ਮਤਲਬ 10 ਸਾਲਾਂ ਦੇ ਵਿੱਚ ਉਹਨਾਂ ਨੇ 43,000 ਨੌਕਰੀ ਦਿੱਤੀ ਹੋਈ ਤਾਂ ਅਸੀਂ ਸਿਆਸਤ ਛੱਡ ਦਿਆਂਗੇ। ਪਾਣੀ ਦੀ ਸਮੱਸਿਆ ਇਸ ਬਾਰਡਰ ਦੇ ਇਲਾਕੇ ਨੂੰ ਬਹੁਤ ਹੈ, ਕਿਉਂਕਿ ਰਾਜਸਥਾਨ ਦੇ ਨਾਲ ਲੱਗਦੇ ਪਿੰਡ ਹੈ ਜਿਹੜੇ, ਉਹ ਸਾਰੇ ਪਿੰਡਾਂ ਦੇ ਵਿੱਚ ਇਹ ਸਮੱਸਿਆ ਲਗਾਤਾਰ ਹੈ ਕਿ ਇੱਥੇ ਪਾਣੀ ਨਹੀਂ ਹੈ ਸਿੰਚਾਈ ਨੂੰ, ਖੇਤੀ ਨੂੰ। ਇਹਦੇ ਲਈ ਵੀ ਉਪਰਾਲਾ ਕੀਤਾ ਜਾ ਰਿਹਾ, ਮਾਲਵਾ ਨਹਿਰ ਤੋਂ ਜਿਹੜਾ ਡਿਜ਼ਾਈਨ ਬਣਾਇਆ ਗਿਆ, ਜਿਹੜੀ ਨਹਿਰ ਕੱਢਣ ਦੀ ਪ੍ਰਪੋਜ਼ਲ ਹੈ, ਉਹਦੇ ਨਾਲ ਇੱਥੋਂ ਦਾ ਪਾਣੀ ਵੀ ਪੂਰਾ ਹੋ ਜੂਗਾ ਅਤੇ ਪਿਛਲਾ ਪਾਣੀ ਵੀ ਪੂਰਾ ਹੋਜੂਗਾ। ਜ਼ਮੀਨਾਂ ਕੱਚੀਆਂ ਬਾਰਡਰ ਦੇ ਉੱਤੇ, ਉਹ ਪੱਕੀਆਂ ਕਰਾਉਣ ਦਾ ਮੁੱਦਾ। ਮੁਕਤਸਰ ਹਲਕੇ ਦੇ ਪਿੰਡਾਂ ਦੇ ਵਿੱਚ ਕੋਈ ਇਹੋ ਜਿਹਾ ਕੰਮ ਨਹੀਂ ਜਿਹਨੂੰ ਨਹੀਂ ਛੋਹਿਆ ਗਿਆ। ਸਾਂਝੇ ਵਾਲਾ ਪਿੰਡ ਦੇ ਵਿੱਚ ਬਾਰਿਸ਼ ਨਾਲ ਡੁੱਬ ਜਾਂਦਾ ਸੀ 6-7 ਏਕੜੇ, ਉਹਦੇ 'ਤੇ 1.5-2 ਕਰੋੜ ਦੀ ਪਾਈਪਲਾਈਨ ਪਾ ਕੇ ਉਹਨੂੰ ਡੁੱਬੇ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ। ਪੰਜਾਬ ਦੇ ਵਿੱਚੋਂ ਅਜੇ ਵੀ ਇਹ ਆਵਾਜ਼ ਉੱਠਦੀ ਹੈ ਕਿ ਕਰਪਸ਼ਨ ਲਈ ਜਿਹੜੇ ਦਾਅਵੇ ਕੀਤੇ ਸੀਗੇ ਮਾਨ ਸਰਕਾਰ ਨੇ ਆਉਣ ਤੋਂ ਪਹਿਲਾਂ ਪਾਵਰ ਦੇ ਵਿੱਚ, ਉਹ ਪੂਰੇ ਨਹੀਂ ਹੋ ਰਹੇ। ਮੁਕਤਸਰ ਮੰਡੀ ਹੈ, 2 ਸੀਜ਼ਨਾਂ ਦੇ ਵਿੱਚ ਅਸੀਂ ਹਰ ਹਾਲਤ ਦੇ ਵਿੱਚ 1 ਰੁਪਈਆ ਗੱਟਾ ਜਾਂ 1.5 ਰੁਪਈਆ ਗੱਟਾ ਜਿਹੜਾ ਚੱਲਦਾ ਸੀ ਉਹ ਨਾ ਹੀ ਖਤਮ ਕਰਦੇ। ਅਸੈਂਬਲੀ ਦੇ ਵਿੱਚ ਜਾਓਗੇ, ਜਦੋਂ ਪਾਰਲੀਮੈਂਟ ਦੇ ਵਿੱਚ ਜਾਓਗੇ, ਅਤੇ ਪਾਰਲੀਮੈਂਟ ਦੇ ਵਿੱਚ ਤੁਸੀਂ ਇਹਨਾਂ ਲੋਕਾਂ ਨੂੰ ਕਿਵੇਂ ਰੀਪ੍ਰਜੈਂਟ ਕਰੋਗੇ ਅਤੇ ਕਿਹੜਾ ਕਿਹੜਾ ਰੋਡ ਮੈਪ ਕੀ ਹੈ ਤੁਹਾਡੇ ਕੋਲ? ਜਿਹੜਾ ਹੈ ਕੱਚੀਆਂ ਜ਼ਮੀਨਾਂ ਦਾ ਜੀ, ਜਿਹੜੇ 20-25-25-30-30 ਸਾਲਾਂ ਤੋਂ ਆਉਂਦੇ ਆ ਜ਼ਮੀਨਾਂ ਵਾਹੀ ਜਾ ਰਹੇ ਆ ਜੀ, ਉਹ ਪਹਿਲਾਂ ਕਿਸੇ ਕੋਰਟ ਦੇ ਕਾਰਨਾਂ ਕਰਕੇ ਜਾਂ ਕਿਸੇ ਕਰਕੇ ਪੱਕੀਆਂ ਹੋਣ ਤੋਂ ਵਾਂਝੀਆਂ ਪਈਆਂ ਜੀ, ਉਹਨਾਂ ਨੂੰ ਉਹਨਾਂ ਦੇ ਪੱਕੇ ਮਾਲਕੀ ਹੱਕ ਕਰਵਾਉਣ ਦਾ ਸਭ ਤੋਂ ਪਹਿਲਾਂ ਜਿਹੜਾ। ਫਿਰੋਜ਼ਪੁਰ ਸ਼ਹਿਰ ਹੈ, ਉਹਨੂੰ ਹਿਸਟੋਰੀਕਲ ਪਲੇਸ ਬਣਾਇਆ ਜਾ ਸਕਦਾ, ਉਹਦੇ 'ਚ ਬਹੁਤ ਸਾਰੀਆਂ ਪੁਰਾਤਨ ਬਿਲਡਿੰਗਾਂ ਪਈਆਂ ਜਿਹਨਾਂ ਨੂੰ ਵਧੀਆ ਤਰੀਕੇ ਨਾਲ ਤਿਆਰ ਕੀਤਾ ਜਾ ਸਕਦਾ ਟੂਰਿਜ਼ਮ ਲਈ। ਐਜੂਕੇਸ਼ਨ ਦੇ ਲਈ ਵੱਡੇ ਇੰਸਟੀਚਿਊਟਸ ਇੱਥੇ ਆਉਣ ਇਸ ਇਲਾਕੇ ਦੇ ਵਿੱਚ, ਅਤੇ ਉਹਦੇ ਨਾਲ ਇਸ ਇਲਾਕੇ ਦੀ ਨੁਹਾਰ ਬਦਲ ਸਕਦੀ, ਕਿਉਂਕਿ ਮਾਨ ਸਾਹਿਬ ਦੀ ਸੋਚ ਹੈ ਕਿ ਜੇ ਗਰੀਬਾਂ ਦੇ ਬੱਚੇ ਪੜ੍ਹਾਵਾਂਗੇ ਤਾਂ ਉਹਨਾਂ ਦੀ ਗਰੀਬੀ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਡਾਕ ਅਤੇ ਮੈਂ ਅਮਨਦੀਪ। ਲੋਕ ਸਭਾ ਦੀਆਂ ਚੋਣਾਂ ਆ ਚੁੱਕੀਆਂ, ਚੋਣ ਮੁਹਿੰਮ ਵੀ ਜਾਰੀ ਹੈ, ਅਤੇ ਫਿਰੋਜ਼ਪੁਰ ਹਲਕੇ 'ਚ ਅਸੀਂ ਹਾਂ। ਫਿਰੋਜ਼ਪੁਰ ਤੋਂ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਅਤੇ ਸ਼੍ਰੀ ਮੁਕਤਸਰ ਸਾਹਿਬ ਤੋਂ MLA ਜਗਦੀਪ ਸਿੰਘ ਕਾਕਾ ਬਰਾੜ ਜੀ ਸਾਡੇ ਨਾਲ ਨੇ, ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ। ਕਾਕਾ ਜੀ, ਇਸ ਵਾਰੀ ਕਿਹੜੇ ਮੁੱਦੇ ਹੋਣਗੇ ਜਿਹੜੇ ਫਿਰੋਜ਼ਪੁਰ ਹਲਕੇ ਦੇ ਲਈ, ਉਹਨਾਂ ਦੇ ਲੋਕਾਂ ਦੇ ਲਈ ਲੋਕ ਸਭਾ ਚੋਣਾਂ ਦੇ ਵਿੱਚ ਤੁਸੀਂ ਲੈ ਕੇ ਜਾਓਗੇ? ਬਹੁਤ ਸਾਰੇ ਮੁੱਦੇ ਹੈ ਜੀ ਜਿਹੜੇ ਲੋਕ ਸਭਾ ਚੋਣਾਂ ਵਿੱਚ, ਹਰੇਕ ਕਿਸਮ ਦਾ ਮੁੱਦਾ ਹੈ, ਕਿਉਂਕਿ 70 ਸਾਲ ਹੋ ਗਏ ਦੋਨਾਂ ਪਾਰਟੀਆਂ ਨੂੰ ਰਾਜ ਕਰਦਿਆਂ, ਸਾਰਾ ਕੰਮ ਉੱਥੇ ਦਾ ਉੱਥੇ ਹੀ ਖੜਾ ਹੈ। 2 ਸਾਲਾਂ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਨੇ ਜਿਹੜੇ ਕੰਮ ਕੀਤੇ ਉਹਨਾਂ ਨੂੰ ਲੈ ਕੇ ਅਸੀਂ ਲੋਕਾਂ ਦੇ ਵਿੱਚ ਜਾਵਾਂਗੇ, ਜਿਹਦੇ 'ਚ 43,000 ਨੌਕਰੀ ਦੇਣੀ। ਜੇ ਕਿ ਨਾਲ ਸਾਡਾ ਦਾਅਵਾ ਇਹ ਵੀ ਹੈ ਕਿ ਮਗਰਲੇ 10 ਸਾਲਾਂ ਦੇ ਵਿੱਚ ਵੀ ਉਹਨਾਂ ਨੇ 43,000 ਨੌਕਰੀ ਦਿੱਤੀ ਹੋਈ ਤਾਂ ਅਸੀਂ ਸਿਆਸਤ ਛੱਡ ਦੇਣੀ। ਅੱਛਾ, ਇਹ ਤਾਂ ਹੋ ਗਈ ਤੁਹਾਡੀ ਨੌਕਰੀਆਂ ਦੀ ਗੱਲ ਹੋ ਗਈ, ਅਤੇ ਜੋ ਭਗਵੰਤ ਮਾਨ ਜੀ ਨੇ ਵਾਅਦੇ ਕੀਤੇ ਆ, ਜੋ ਉਹਨਾਂ ਦੀ ਗਰੰਟੀ ਦਿੱਤੀ ਹੋਈ ਹੈ, ਫ੍ਰੀ ਕੀਤੀ ਹੈ ਜੀ ਵਾਅਦਿਆਂ ਦੇ ਤਹਿਤ, 600 ਯੂਨਿਟ ਬਿਜਲੀ ਫ੍ਰੀ ਕਰਕੇ ਭਗਵੰਤ ਮਾਨ ਜੀ ਨੇ ਇੱਕ ਰਿਕਾਰਡ ਕਾਇਮ ਕੀਤਾ ਕਿ ਹਰੇਕ ਵਰਗ ਨੂੰ ਹੋਈ ਹੈ, ਜਨਰਲ ਵਰਗ ਨੂੰ ਹੋਈ ਹੈ, ਖਾਸ ਕਰਕੇ ਉਹ ਲੋਕ ਜਿਹੜੇ 15-20,000 ਰੁਪਏ ਦੀ ਨੌਕਰੀ ਕਰਦੇ ਸੀ ਅਤੇ ਆ ਕੇ ਉਹਨਾਂ ਨੂੰ ਮਹੀਨੇ ਬਾਅਦ 5,000 ਰੁਪਇਆ ਬਿੱਲ ਭਰਨਾ ਪੈਂਦਾ ਸੀ ਜੀ, ਉਹਨਾਂ ਲਈ ਸਭ ਤੋਂ ਵੱਡਾ ਜਿਹੜਾ ਵਾਅਦਾ ਪੂਰਾ ਕੀਤਾ, 600 ਯੂਨਿਟ ਬਿਜਲੀ ਦਾ ਜਿਹੜਾ ਵਾਅਦਾ ਸੀ ਜੀ, ਨਾਲ ਹੀ ਨਹਿਰੀ ਪਾਣੀ ਤੇਲਾਂ ਤੱਕ ਬੜਾਇਆ,
ਨਾਲ ਹੀ ਜਿਹੜੀਆਂ ਕਿਸਾਨਾਂ ਲਈ ਮੋਟਰਾਂ ਉਹ ਅੱਗੇ ਕਿਤੇ 4 ਘੰਟੇ ਆਉਂਦੀ ਸੀ, ਕਿਤੇ 8 ਘੰਟੇ ਆਉਂਦੀ ਸੀ, ਉਹ ਲਗਾਤਾਰ 24 ਘੰਟੇ ਵਾਂਗੂ ਚੱਲ ਗਈਆਂ ਜੀ। ਬਰਾੜ ਸਾਹਿਬ, ਪਰਿਵਾਰ ਨੂੰ ਉਹਦੇ ਚੱਲਣ ਦਾ ਖੇਤੀ ਦੇ ਵਿੱਚ ਪਰ ਏਕੜ 2-4 ਹਜ਼ਾਰ ਰੁਪਈਏ ਦਾ ਫਰਕ ਪਿਆ। ਅੱਛਾ, ਜਿਹੜੀ ਪਾਣੀ ਦੀ ਗੱਲ ਹੈ, ਤੁਸੀਂ ਹੁਣੇ ਪਾਣੀ ਦੀ ਗੱਲ ਕੀਤੀ ਆ, ਪਾਣੀ ਦੀ ਸਮੱਸਿਆ ਇਸ ਬਾਰਡਰ ਦੇ ਇਲਾਕੇ ਨੂੰ ਬਹੁਤ ਹੈ, ਕਿਉਂਕਿ ਰਾਜਸਥਾਨ ਦੇ ਨਾਲ ਲੱਗਦੇ ਪਿੰਡ ਆ ਜਿਹੜੇ, ਉਹ ਸਾਰੇ ਪਿੰਡਾਂ ਦੇ ਵਿੱਚ ਇਹ ਸਮੱਸਿਆ ਲਗਾਤਾਰ ਹੈ ਕਿ ਇੱਥੇ ਪਾਣੀ ਨਹੀਂ ਹੈ ਸਿੰਚਾਈ ਨੂੰ, ਖੇਤੀ ਨੂੰ। ਇਹਦੇ ਲਈ ਉਪਰਾਲਾ ਕੀਤਾ ਜਾ ਰਿਹਾ, ਮਾਲਵਾ ਨਹਿਰ ਦਾ ਜਿਹੜਾ ਡਿਜ਼ਾਈਨ ਬਣਾਇਆ ਗਿਆ, ਜਿਹੜੀ ਨਹਿਰ ਕੱਢਣ ਦੀ ਪ੍ਰਪੋਜ਼ਲ ਹੈ, ਉਹਦੇ ਨਾਲ ਇੱਥੋਂ ਦਾ ਪਾਣੀ ਵੀ ਪੂਰਾ ਹੋਜੂਗਾ ਅਤੇ ਪਿਛਲਾ ਪਾਣੀ ਵੀ ਪੂਰਾ ਹੋਜੂ। ਅਤੇ ਹੋਰ ਇੱਥੋਂ ਦੇ ਜਿਹੜੇ ਲੋਕਲ ਮੁੱਦੇ ਆ ਉਹ ਕਿਹੜੇ ਕਿਹੜੇ ਆ? ਫਿਰੋਜ਼ਪੁਰ ਹਲਕੇ ਦੇ ਜਿਹੜੇ ਬਹੁਤ ਮੁੱਦੇ ਆ ਜੀ, ਫਿਰੋਜ਼ਪੁਰ ਹਲਕੇ ਦੇ ਜਿਹੜੀਆਂ ਜ਼ਮੀਨਾਂ ਕੱਚੀਆਂ ਬਾਰਡਰ ਦੇ ਉੱਤੇ, ਉਹ ਪੱਕੀਆਂ ਕਰਾਉਣ ਦਾ ਮੁੱਦਾ ਹੈ, ਕਿਉਂਕਿ ਉਹ ਪਰਿਵਾਰ ਉਹਨਾਂ ਦੇ ਪਾਲ ਰਹੇ ਆ, ਲਗਾਤਾਰ ਉਹ 20-50 ਸਾਲਾਂ ਤੋਂ ਜ਼ਮੀਨ ਦੀ ਖੇਤੀ ਕਰ ਰਹੇ, ਪਰ ਉਹਨਾਂ ਦੇ ਨਾਵਾਂ 'ਤੇ ਨਹੀਂ ਹੋ ਸਕੀਆਂ। ਉਹ ਗਵਰਨਮੈਂਟ ਕੋਲ ਮੁੱਦਾ ਰੱਖ ਕੇ ਉਹਨੂੰ ਪੱਕੀਆਂ ਕਰਾਵਾਂਗੇ। ਹੋਰ ਬਹੁਤ ਸਾਰੇ ਮੁੱਦੇ ਆ, ਕਈ ਸ਼ਹਿਰਾਂ ਦੇ ਵਿੱਚ ਸੀਵਰ ਦਾ ਮੁੱਦਾ, ਕਈ ਸ਼ਹਿਰਾਂ ਦੇ ਵਿੱਚ ਜਿਵੇਂ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਟੂਰਿਜ਼ਮ ਬਣਾਇਆ ਜਾ ਸਕਦਾ ਵਧੀਆ ਬਾਰਡਰ 'ਤੇ, ਅਤੇ ਬਹੁਤ ਸਾਰੇ ਕੰਮ ਆ ਜਿਹੜੇ ਕੀਤੇ ਜਾ, ਇੰਡਸਟਰੀ ਲਿਆਉਂਦੀ ਜਾ ਸਕਦੀ ਹੈ ਜੀ। ਤੁਸੀਂ ਮੁਕਤਸਰ ਤੋਂ MLA ਹੋ, ਅਤੇ ਬਤੌਰ MLA ਤੁਸੀਂ ਇਹ ਪਿਛਲੇ 2 ਸਾਲਾਂ ਦੇ ਵਿੱਚ, 2-2.5 ਸਾਲ ਦੇ ਵਿੱਚ ਤੁਸੀਂ ਕਿਹੜੇ ਕਿਹੜੇ ਕੰਮ ਕੀਤੇ ਆ, ਜਿਹੜੇ ਤੁਸੀਂ ਜਿਹਨਾਂ ਕੰਮਾਂ ਦੇ ਨਾਮ 'ਤੇ ਤੁਸੀਂ ਇਸ ਵਾਰੀ ਵੋਟ ਮੰਗੀ ਆ ਮੁਕਤਸਰ ਦੇ ਇਲਾਕੇ 'ਚ ਵੀ ਜਾ ਕੇ? ਮੁਕਤਸਰ ਹਲਕੇ ਦੇ ਪਿੰਡਾਂ ਦੇ ਵਿੱਚ ਕੋਈ ਇਹੋ ਜਿਹਾ ਕੰਮ ਨਹੀਂ ਜਿਹਨੂੰ ਨਹੀਂ ਛੋਹਿਆ ਗਿਆ। ਇਹ ਠੀਕ ਹੈ ਕਿ ਉਹ ਮੁਕੰਮਲ ਨਹੀਂ ਹੋ ਪਾਏ, ਕਿਉਂਕਿ ਸਮਾਂ ਬਹੁਤ ਥੋੜ੍ਹਾ, 2 ਸਾਲਾਂ ਦਾ। ਬਹੁਤ ਵੱਡੇ ਵੱਡੇ ਕੰਮ ਹੈ, ਜਿਵੇਂ ਮੁਕਤਸਰ ਦੇ ਸੀਵਰ ਦਾ ਕੰਮ ਹੈ, ਉਹਦੇ ਲਈ ਅਸੀਂ ਪਾਈਪਲਾਈਨ ਪਾਸ ਕਰਾਈ ਹੋਈ ਹੈ, ਜਿਹੜੀ ਮੇਰਾ ਖਿਆਲ ਹੈ ਕੋਰਟ ਤੋਂ ਬਾਅਦ 2-4 ਮਹੀਨਿਆਂ 'ਚ ਸ਼ੁਰੂ ਹੋ ਜੂਗੀ। ਠੀਕ ਹੈ। ਮਾਨ ਸਰਕਾਰ ਨੇ 98 ਕਰੋੜ ਰੁਪਈਆ ਮੁਕਤਸਰ ਸਾਹਿਬ ਦੇ ਸੀਵਰ ਲਈ ਰਿਲੀਜ਼ ਕੀਤਾ, ਜਿਹੜਾ ਸਾਰਾ ਪ੍ਰੋਜੈਕਟ ਬਣ ਕੇ ਤਿਆਰ ਹੋ ਜੂਗਾ, ਉਹ 1.5-2 ਸਾਲਾਂ 'ਚ ਮੁਕਤਸਰ ਦੇ ਸੀਵਰ ਦੀ ਜਿਹੜੀ ਹਾਲਤ ਹੈ ਉਹ ਸੁਧਰ ਜੂਗੀ। ਇਵੇਂ ਹੀ ਪਿੰਡਾਂ ਦੇ ਵਿੱਚ, ਜਿਵੇਂ ਥੰਦੇ ਵਾਲਾ ਪਿੰਡ ਦੇ ਵਿੱਚ ਬਾਰਿਸ਼ ਨਾਲ ਡੁੱਬ ਜਾਂਦਾ ਸੀ 600-700 ਏਕੜ ਏਰੀਆ, ਉਹਦੇ 'ਤੇ 1.5-2 ਕਰੋੜ ਦੀ ਪਾਈਪਲਾਈਨ ਪਾ ਕੇ ਉਹਨੂੰ ਡੋਬੇ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਗਈ, ਪਾ ਤੀ ਜੇ ਪਾ ਕੇ ਮੁਕੰਮਲ ਹੋ ਚੁੱਕੀ ਹੈ। ਹਰੇਕ ਪਿੰਡ ਦੇ ਵਿੱਚ ਜਿਹੜੇ ਵੀ ਕੰਮ ਹੋਣ ਵਾਲੇ ਸੀ, ਕਿਸੇ ਦਾ ਗਲੀਆਂ ਬਣਨ ਵਾਲੀਆਂ ਸੀ, ਉਹ ਚੱਲ ਰਹੀਆਂ। ਮੁਕਤਸਰ ਹਲਕੇ ਦਾ ਕੋਈ ਇਹੋ ਜਿਹਾ ਪਿੰਡ ਨਹੀਂ ਜਿੱਥੇ ਇਹ ਨਹੀਂ ਕਹਿ ਸਕਦੇ ਕਿ 4.5 ਸਾਲਾਂ ਬਾਅਦ ਸਰਕਾਰ ਆਊਗੀ। ਸਰਕਾਰ ਨੇ ਪਹਿਲੇ ਸਾਲ ਹੀ, ਪਹਿਲੇ 6 ਮਹੀਨਿਆਂ ਦੇ ਵਿੱਚ ਹੀ, ਕਿਤੇ ਕੋਈ ਛੋਟੀ ਕਿਤੇ ਕੋਈ ਵੱਡੀ ਗਲੀ ਬਣਾ ਕੇ ਮੁਕੰਮਲ ਕੀਤੀ ਹੈ। ਬਹੁਤ ਸਾਰੇ ਕੰਮ ਹੈ ਜਿਹੜੇ ਲਗਾਤਾਰ ਚੱਲੀ ਜਾ ਰਹੇ। ਅੱਛਾ, ਇਹਦੇ ਨਾਲ ਹੀ ਜਦੋਂ ਆਪਾਂ ਗੱਲ ਕਰਦੇ ਹਾਂ ਪੂਰੇ ਪੰਜਾਬ ਦੇ ਵਿੱਚ, ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲੀ ਵਾਰੀ ਬਣੀ ਹੈ ਅਤੇ ਪਹਿਲੀ ਵਾਰ ਤੁਸੀਂ MLA ਬਣੇ ਹੋ, ਪਰ ਲੋਕਾਂ ਦੀ ਜਿਹੜੀ ਉਮੀਦ ਸੀਗੀ ਉਹ ਬਹੁਤ ਜ਼ਿਆਦਾ ਸੀ। ਜਿਵੇਂ ਕਰਪਸ਼ਨ ਦੀ ਗੱਲ ਕਰਦੇ ਹਾਂ ਤਾਂ ਕਿਤੇ ਕਿਤੇ ਪੂਰੇ ਪੰਜਾਬ ਦੇ ਵਿੱਚੋਂ ਹਜੇ ਵੀ ਇਹ ਆਵਾਜ਼ ਉੱਠਦੀ ਹੈ ਕਿ ਕਰਪਸ਼ਨ ਲਈ ਜਿਹੜੇ ਦਾਅਵੇ ਕੀਤੇ ਸੀਗੇ ਮਾਨ ਸਰਕਾਰ ਨੇ ਆਉਣ ਤੋਂ ਪਹਿਲਾਂ ਪਾਵਰ ਦੇ ਵਿੱਚ, ਉਹ ਪੂਰੇ ਨਹੀਂ ਹੋ ਰਹੇ, ਜਾਂ ਕਿਤੇ ਨਾ ਕਿਤੇ ਹਜੇ ਵੀ ਕਰਪਸ਼ਨ ਹੋਊਗੀ? ਉਹ ਜਿਹੜੀ  100% ਜਿਹੜੀ ਖਤਮ ਕਰਨ ਦੀ ਗੱਲ ਸੀ ਉਹ ਨਹੀਂ ਪੂਰੀ ਹੋ ਰਹੀ? ਕਰਪਸ਼ਨ ਰੋਕਣ ਦੀ ਹਰ ਹਾਲਤ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ। ਮੈਂ ਤੁਹਾਨੂੰ ਇਸ ਚੈਨਲ ਦੇ ਜ਼ਰੀਏ ਦੱਸਦਾ ਜੀ ਕਿ ਬਹੁਤ ਸਾਰੇ ਥਾਈਂ ਕਰਪਸ਼ਨ ਰੁਕੀ ਵੀ ਹੈ। ਸਾਡੇ ਜਿਵੇਂ ਮੁਕਤਸਰ ਮੰਡੀ ਹੈ, 2 ਸੀਜ਼ਨਾਂ ਦੇ ਵਿੱਚ ਅਸੀਂ ਹਰ ਹਾਲਤ ਦੇ ਵਿੱਚ 1 ਰੁਪਈਆ ਗੱਟਾ ਜਾਂ 1.5 ਰੁਪਈਆ ਗੱਟਾ ਜਿਹੜਾ ਚੱਲਦਾ ਸੀ ਉਹ ਨਾ ਹੀ ਖਤਮ ਕਰਤਾ ਸੀ। ਇਹ ਠੀਕ ਹੈ ਕਿ ਪ੍ਰਸ਼ਾਸਨ ਜਿੱਥੇ ਸਾਥ ਦੇ ਰਿਹਾ ਉੱਥੇ ਕਰਪਸ਼ਨ
ਖਤਮ ਹੋ ਰਹੀ ਹੈ, ਕਿਤੇ ਨਾ ਕਿਤੇ ਪ੍ਰਸ਼ਾਸਨ ਦਾ ਨਹੀਂ ਸਾਥ ਮਿਲਦਾ ਤਾਂ ਪ੍ਰਸ਼ਾਸਨ ਉਹਦੇ 'ਤੇ ਗੌਰ ਨਹੀਂ ਕਰਦਾ, ਤਾਂ ਉਹਦੇ 'ਤੇ ਵੀ ਹੌਲੀ ਹੌਲੀ ਕਰਕੇ ਉਹਨੂੰ ਵੀ ਨੱਥ ਪਾਈ ਜਾਊ। ਅੱਛਾ, ਜਿੱਥੇ ਅਫਸਰਸ਼ਾਹੀ ਦੀ ਗੱਲ ਆਉਂਦੀ ਹੈ, ਕਿਤੇ ਕਿਤੇ ਲੱਗਦਾ ਕਿ ਅਫਸਰਸ਼ਾਹੀ ਗੁੰਮਰਾਹ ਕਰ ਦਿੰਦੀ ਹੈ, ਨਵੀਂ ਸਰਕਾਰ ਬਣੀ ਹੈ, ਨਵੇਂ ਇਨਐਕਸਪੀਰੀਅੰਸ ਜਿਹੜੇ ਲੋਕ ਹੈ ਉਹਨਾਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ। ਤੁਹਾਨੂੰ ਇਹ ਲੱਗਿਆ ਕਿ ਮੁਕਤਸਰ ਦੇ ਜਦੋਂ ਤੁਸੀਂ MLA ਬਣੇ ਹੋ ਵੀ ਅਫਸਰਸ਼ਾਹੀ ਵੱਲੋਂ ਪੂਰਾ ਕੋਆਪਰੇਸ਼ਨ ਮਿਲਿਆ ਜਾਂ ਉੱਥੇ ਵੀ ਦਿੱਕਤ ਹੋਈ? ਦਿੱਕਤਾਂ ਤਾਂ ਜ਼ਿੰਦਗੀ 'ਚ ਹਰੇਕ ਫੀਲਡ 'ਚ ਆਉਂਦੀਆਂ ਜੀ, ਔਰ ਹੌਲੀ ਹੌਲੀ ਉਹ ਦਿੱਕਤਾਂ ਦੂਰ ਹੋ ਜਾਂਦੀਆਂ ਜੀ। ਅਤੇ ਤੁਸੀਂ ਹੁਣ ਜਿਹੜਾ ਪੰਜਾਬ ਦੇ ਲਈ ਜਿਹੜੀ ਆਪਾਂ ਗੱਲ ਕੀਤੀ ਹੈ ਕਿ ਫਿਰੋਜ਼ਪੁਰ, ਖਾਸ ਕਰ ਜਿਹੜੇ ਅਬੋਹਰ ਫਾਜ਼ਿਲਕਾ ਦੇ ਪਿੰਡ ਹੈ, ਇਹਨਾਂ ਨੂੰ ਪਾਣੀ ਦੀ ਦਿੱਕਤ ਹੈ ਔਰ ਇਹਨਾਂ ਦੀਆਂ ਹੋਰ ਵੀ ਸਮੱਸਿਆਵਾਂ ਬੀਂਗ ਬਾਰਡਰ ਏਰੀਆ, ਇਹਦਾ ਰੋਡ ਮੈਪ ਕੀ ਹੋਊਗਾ? ਤੁਸੀਂ ਜਦੋਂ ਤੁਸੀਂ ਅਸੈਂਬਲੀ ਦੇ ਵਿੱਚ ਜਾਓਗੇ, ਜਦੋਂ ਪਾਰਲੀਮੈਂਟ ਦੇ ਵਿੱਚ ਜਾਓਗੇ, ਅਤੇ ਪਾਰਲੀਮੈਂਟ ਦੇ ਵਿੱਚ ਤੁਸੀਂ ਇਹਨਾਂ ਲੋਕਾਂ ਨੂੰ ਕਿਵੇਂ ਰਿਪ੍ਰਜੈਂਟ ਕਰੋਗੇ ਅਤੇ ਕਿਹੜਾ ਕਿਹੜਾ ਰੋਡ ਮੈਪ ਕੀ ਹੈ ਤੁਹਾਡੇ ਕੋਲ? ਕਿ ਸਾਡੇ ਕੋਲ ਰੋਡ ਮੈਪ, ਤੁਹਾਨੂੰ ਮੈਂ ਦੱਸਿਆ ਕਿ ਸਭ ਤੋਂ ਵੱਡਾ ਮਸਲਾ ਜਿਹੜਾ ਹੈ ਉਹ ਕੱਚੀਆਂ ਜ਼ਮੀਨਾਂ ਦਾ ਜੀ। ਜਿਹੜੇ 20-25-25-30-30 ਸਾਲਾਂ ਤੋਂ ਆਪਦੀਆਂ ਜ਼ਮੀਨਾਂ ਵਾਹੀ ਜਾ ਰਹੇ ਆ ਜੀ, ਅਤੇ ਉਹ ਪਹਿਲਾਂ ਕਿਸੇ ਕੋਰਟ ਦੇ ਕਾਰਨਾਂ ਕਰਕੇ ਜਾਂ ਕਿਸੇ ਕਰਕੇ ਪੱਕੀਆਂ ਹੋਣ ਤੋਂ ਵਾਂਝੀਆਂ ਪਈਆਂ ਜੀ, ਉਹਨਾਂ ਨੂੰ ਉਹਨਾਂ ਦੇ ਪੱਕੇ ਮਾਲਕੀ ਹੱਕ ਦਵਾਉਂਦਾ ਸਭ ਤੋਂ ਪਹਿਲਾ ਏਜੰਡਾ ਜੀ। ਫਿਰ ਸਾਡੇ ਕੋਲ ਬਾਰਡਰ ਏਰੀਆ 'ਤੇ ਇੰਡਸਟਰੀ ਲਿਆਉਂਦਾ ਏਜੰਡਾ, ਸ਼ਹਿਰ ਜਿਹੜਾ ਫਿਰੋਜ਼ਪੁਰ ਸ਼ਹਿਰ ਹੈ ਉਹਨੂੰ ਹਿਸਟੋਰੀਕਲ ਪਲੇਸ ਬਣਾਇਆ ਜਾ ਸਕਦਾ, ਉਹਦੇ 'ਚ ਬਹੁਤ ਸਾਰੀਆਂ ਪੁਰਾਤਨ ਬਿਲਡਿੰਗਾਂ ਪਈਆਂ ਜਿਹਨਾਂ ਨੂੰ ਵਧੀਆ ਤਰੀਕੇ ਨਾਲ ਤਿਆਰ ਕੀਤਾ ਜਾ ਸਕਦਾ ਟੂਰਿਜ਼ਮ ਲਈ, ਕਿਉਂਕਿ ਉਹ ਬਾਰਡਰ 'ਤੇ ਲੱਗਦਾ, ਬਾਰਡਰ 'ਤੇ ਵੀ ਟੂਰਿਜ਼ਮ ਦਾ ਰਸ਼ ਰਹਿੰਦਾ, ਹਰੇਕ ਫਰਾਈਡੇ ਨੂੰ ਉੱਥੇ ਝੰਡਾ ਲਹਿਰਾਉਣ ਦੀ ਰਸਮ ਹੁੰਦੀ ਹੈ ਪਾਕਿਸਤਾਨ ਦੇ ਬਾਰਡਰ 'ਤੇ, ਉਵੇਂ ਹੀ ਉਹਨੂੰ ਟੂਰਿਜ਼ਮ 'ਚ ਤਬਦੀਲ ਕੀਤਾ ਜਾ ਸਕਦਾ। ਇਹਨਾਂ ਅਬੋਹਰ ਏਰੀਏ 'ਚ ਬਾਗਾਂ ਦੀ ਜਿਹੜੀ ਖੇਤੀ ਹੈ, ਜਿਹੜੀ ਕਿਨੂਆਂ ਦੀ ਖੇਤੀ ਹੈ, ਉਹਨੂੰ ਹੋਰ ਉਤਸ਼ਾਹਿਤ ਕੀਤਾ ਜਾ ਸਕਦਾ ਜੇ ਇਹਨੂੰ ਪੂਰੀਆਂ ਸਹੂਲਤਾਂ ਮਿਲਣ ਜੀ। ਅੱਛਾ, ਇਹਦੇ ਨਾਲ ਜਦੋਂ ਐਜੂਕੇਸ਼ਨ ਦੀ ਗੱਲ ਕਰਦੇ ਹਾਂ ਆਪਾਂ, ਅਤੇ ਐਜੂਕੇਸ਼ਨ ਦੇ ਲਈ ਵੱਡੇ ਇੰਸਟੀਚਿਊਟਸ ਇੱਥੇ ਆਉਣ ਇਸ ਇਲਾਕੇ ਦੇ ਵਿੱਚ, ਅਤੇ ਉਹਦੇ ਨਾਲ ਇਸ ਇਲਾਕੇ ਦੀ ਨੁਹਾਰ ਬਦਲ ਸਕਦੀ ਹੈ? ਇੰਡਸਟਰੀ ਤੁਸੀਂ ਦੱਸਿਆ ਕਿ ਇੰਡਸਟਰੀ ਆ ਸਕਦੀ ਹੈ, ਐਜੂਕੇਸ਼ਨ ਦੇ ਲਈ ਜਿਹੜਾ ਮਸਲਾ ਹੈ ਉਹ ਪਹਿਲਾਂ ਹੀ ਪੰਜਾਬ ਸਰਕਾਰ ਵਚਨਬੰਦ ਹੈ। ਅੱਜ ਪੰਜਾਬ ਦੇ ਹਰੇਕ ਸਕੂਲ ਦੇ ਵਿੱਚ ਕੰਮ ਚੱਲ ਰਿਹਾ, ਕਿਤੇ ਚਾਰ ਦੀਵਾਰੀ ਹੋ ਰਹੀ ਹੈ, ਕਿਤੇ ਸਕੂਲ ਨੂੰ ਸੁੰਦਰ ਬਣਾਇਆ ਜਾ ਰਿਹਾ, ਕਿਤੇ ਉਹਦੇ 'ਚ ਕਮਰੇ ਨਵੀਂ ਬਿਲਡਿੰਗ ਬਣਾਈ ਜਾ ਰਹੀ ਹੈ, ਕਿਉਂਕਿ ਮਾਨ ਸਾਹਿਬ ਦੀ ਸੋਚ ਹੈ ਕਿ ਜੇ ਗਰੀਬਾਂ ਦੇ ਬੱਚੇ ਪੜ੍ਹਾਵਾਂਗੇ ਤਾਂ ਉਹਨਾਂ ਦੀ ਗਰੀਬੀ ਦੂਰ ਹੋ ਜੀ। ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ, ਥੈਂਕ ਯੂ। ਇਸ ਤਰੀਕੇ ਨਾਲ ਹੋਰ ਵੀ ਇੰਪੋਰਟੈਂਟ ਜਾਣਕਾਰੀ ਲੈ ਕੇ ਆਉਂਦੇ ਰਹਾਂਗੇ, ਲੋਕ ਸਭਾ ਇਲੈਕਸ਼ਨਾਂ ਦੀ ਗੱਲ ਕਰਦੇ ਰਹਾਂਗੇ, ਪੰਜਾਬ ਦੇ ਲੋਕਲ ਮੁੱਦਿਆਂ ਦੀ ਗੱਲ ਕਰਦੇ ਰਹਾਂਗੇ। ਤੁਸੀਂ ਦੇਖਦੇ ਰਹੋ ਦ ਡਾਕ। ਸਤਿ ਸ਼੍ਰੀ ਅਕਾਲ।